ਟੋਰਾਂਟੋ ਤੋਂ ਆਈ ਸਿੱਧੂ ਦੀ ਏ ਫੈਨ, ਥਾਰ ਨੂੰ ਦੇਖ ਲੱਗੀ ਭੁੱਬਾਂ ਮਾਰ ਮਾਰ ਰੋਣ। ਸਿੱਧੂ ਮੂਸੇਵਾਲਾ ਦੇ ਫੈਨ ਅਕਸਰ ਸਿੱਧੂ ਦੀ ਹਵੇਲੀ ਆਉਂਦੇ ਨੇ, ਪਰ ਇਹ ਔਰਤ ਜਿਸਦਾ ਨਾਮ ਮਨਪ੍ਰੀਤ ਹੈ ਅਤੇ ਇਸਦਾ ਪਿੰਡ ਰੋਡੇ ਹੈ। ਜਾਣਕਾਰੀ ਦਿੰਦਿਆਂ ਇਸਦਾ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਪਿੰਡ ਦੀ ਹੈ ਅਤੇ ਉਹ ਇਸਦੇ ਤਾਇਆ ਜੀ ਲੱਗਦੇ ਸੀ। ਰੋਂਦੇ ਹੋਏ ਬਹੁਤ ਸਾਰੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ, ਉਹ ਵੀ ਤੁਹਾਨੂੰ ਸੁਣਾਵਾਂਗੇ। ਪਰ ਅਹਿਮ ਗੱਲਾਂ ਕੀ ਸੀ ਕਿ ਕੌਮ ਦੇ ਲਈ ਜਿਸ ਨੇ ਗਾਇਆ, ਜਿਸ ਨੇ ਲਿਖਿਆ, ਅੱਜ ਉਸ ਨੂੰ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਹੁੰਦਾ ਆਇਆ, ਇਸ ਦਾ ਕਹਿਣਾ ਸੀ। ਜਾਣਕਾਰੀ ਦਿੰਦਿਆਂ ਇਸ ਨੇ ਦੱਸਿਆ ਕਿ ਇਸਦਾ ਪੁੱਤ ਵੀ ਆਉਣ ਵਾਲੇ ਸਮੇਂ 'ਚ ਦਸਤਾਰ ਸਜਾਏਗਾ ਅਤੇ ਸਿੱਧੂ ਦਾ ਬਹੁਤ ਵੱਡਾ ਫੈਨ ਹੈ। ਸਿੱਧੂ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਪੱਗ ਬਾਉਣ ਬੰਨ੍ਹਣ ਲਾ ਦਿੱਤਾ ਸੀ। ਉੱਥੇ ਇਹਨਾਂ ਕਿਹਾ ਕਿ ਇਹ ਥਾਰ ਨੂੰ ਦੇਖ ਕੇ ਕਾਨੂੰਨ ਵਿਵਸਥਾ ਸਮਝ ਦੇ ਵਿੱਚ ਆਉਂਦੀ ਹੈ। ਉੱਥੇ ਕਿਹਾ ਕਿ ਇਹ ਥਾਰ ਅੱਜ ਇਸ ਬੱਚੇ ਨੂੰ ਦਿਖਾਈ ਹੈ ਅਤੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ। ਹੱਥ ਦੇ ਉੱਪਰ ਟੈਟੂ ਵੀ ਬਣਿਆ, ਉੱਪਰ ਲਿਖਿਆ ਨਿੱਕਾ ਵੀਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਬਰਥ ਡੇਟ ਲਿਖੀ ਹੈ ਸਿੱਧੂ ਦੀ ਅਤੇ ਡੈਥ ਡੇਟ ਉਹ ਮਨਹੂਸ ਤਰੀਕ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ। ਇਹ ਉਹ ਫੈਨ ਨੇ ਜਿਹੜੇ ਡਾਈ ਹਾਰਡ ਫੈਨ ਸਿੱਧੂ ਦੇ ਨੇ। ਸਿੱਧੂ ਮੂਸੇਵਾਲਾ ਬਾਰੇ ਗੱਲਾਂ ਕਰ ਭਾਵੁਕ ਹੋ ਗਈ ਸੀ ਇਹ ਔਰਤ। ਹੱਥ ਦੇ ਉੱਪਰ ਪਰਮਾਨੈਂਟ ਟੈਟੂ ਬਣਵਾਇਆ, ਅੰਦਾਜ਼ਾ ਲਗਾ ਸਕਦੇ ਹੋ ਫੈਨ ਫੋਲੋਇੰਗ ਦਾ। ਇਹ ਉਹ ਫੈਨ ਨੇ ਜੋ ਸਿੱਧੂ ਦੇ ਲਈ ਕੁਝ ਵੀ ਕਰ ਸਕਦੇ ਸੀ ਅਤੇ ਸਿੱਧੂ ਨੇ ਇਹਨਾਂ ਦੇ ਲਈ ਜੋ ਲਿਖਿਆ, ਜੋ ਗਾਇਆ, ਅੱਜ ਇਹਨਾਂ ਬੱਚਿਆਂ ਦੇ ਕੰਮ ਆ ਰਿਹਾ। ਜਿਹੜੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਨੂੰ ਭੁੱਲ ਗਏ ਸੀ, ਪੰਜਾਬੀ ਤੋਂ ਦੂਰ ਸੀ, ਦਸਤਾਰ ਤੋਂ ਦੂਰ ਸੀ, ਉਹਨਾਂ ਨੂੰ ਦਸਤਾਰ ਦੇ ਨਜ਼ਦੀਕ ਲੈ ਕੇ ਆਉਣ ਵਾਲਾ ਸਿੱਧੂ ਮੂਸੇਵਾਲਾ ਸੀ। ਇਸ ਔਰਤ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਗੁਆਂਢ ਦੇ ਵਿੱਚ ਹੀ ਇਹ ਰਹਿੰਦੀ ਹੈ ਅਤੇ ਇਸਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮੇਰਾ ਨਾਮ ਮਨਪ੍ਰੀਤ ਕੌਰ ਬਰਾੜ ਹੈ, ਮੇਰਾ ਪਿੰਡ ਰੋਡੇ ਹੈ, ਪਰ ਅਸੀਂ ਮੈਂ ਟੋਰਾਂਟੋ ਤੋਂ ਆਈ ਹਾਂ। ਹਾਂਜੀ, ਮੈਂ ਸਪੈਸ਼ਲੀ ਇੱਥੇ ਸਿੱਧੂ ਦੇ ਮੰਮੀ ਡੈਡੀ ਨੂੰ ਮਿਲਣ ਆਈ ਸੀ। ਅੱਜ ਤੱਕ ਪਹੁੰਚੇ ਹੋ, ਕਿਵੇਂ ਦਾ ਮਹਿਸੂਸ ਹੋ ਰਿਹਾ? ਹਾਂਜੀ, ਅੱਜ ਤੱਕ ਪਹੁੰਚੇ ਹੋ, ਕਿਵੇਂ ਦਾ ਮਹਿਸੂਸ ਹੋ ਰਿਹਾ? ਮੈਂ ਬਹੁਤ ਸੈਡ ਹਾਂ। ਬੱਚੇ ਨੂੰ ਵੀ ਨਾਲ ਲੈ ਕੇ ਆਏ, ਉਹ ਦਿਖਾਇਆ ਥਾਰ ਦਾ ਹਾਲ? ਹਾਂਜੀ, ਸਾਰਾ ਦਿਖਾਇਆ। ਬੇਟਾ ਮੇਰਾ 2 ਸਾਲ ਦਾ ਸੀ ਜਦੋਂ ਤੋਂ ਉਹਦੇ ਗਾਣੇ ਸੁਣਦਾ ਸੀ, ਮੈਂ ਵੀ ਸੁਣਦੀ ਸੀ ਕਿ ਪਹਿਲਾਂ ਵੀ ਸੁਣਦੇ ਸੀ ਹੁਣ ਵੀ ਸੁਣਦੇ ਆ। ਪਰ ਮੈਂ ਇਹੀ ਕਹਿਣਾ ਚਾਹੂੰਗੀ ਵੀ ਜਿਨ੍ਹਾਂ ਨੇ ਵੀ ਉਹਨੂੰ ਮਾਰਿਆ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ, ਸਾਨੂੰ ਮਾਂ ਬਾਪ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਵਾ। ਹਾਂਜੀ, ਤੁਹਾਡਾ ਵੀ ਬੱਚਾ ਆਉਣ ਵਾਲੇ ਸਮੇਂ 'ਚ ਦਸਤਾਰ ਸਜਾਊਗਾ? ਬਿਲਕੁਲ ਸਜਾਊਗਾ ਜੀ, ਮੇਰਾ ਪਿੰਡ ਹੀ ਪਿੰਡ ਰੋਡੇ ਸੰਤ ਜਰਨੈਲ ਸਿੰਘ ਦਾ ਪਿੰਡ ਆ, ਮੇਰੇ ਤਾਇਆ ਜੀ ਸੀਗੇ ਉਹ। ਹਾਂਜੀ, ਅਤੇ ਇਹ ਸ਼ੁਰੂ ਤੋਂ ਹੀ ਇਹਦੇ ਕੇਸ ਰੱਖੇ ਹੋਏ ਨੇ। ਹਾਂਜੀ, ਸਾਡੀ ਪੂਰੀ ਫੈਮਿਲੀ ਗੁਰਸਿੱਖ ਫੈਮਿਲੀ ਆ, ਪਰ ਸਿੱਧੂ ਦਾ ਸਾਨੂੰ ਬਹੁਤ ਬਹੁਤ ਜ਼ਿਆਦਾ ਦੁੱਖ ਹੈ, ਸਾਡਾ ਭਰਾ ਸੀਗਾ। ਬਹੁਤ ਜ਼ਿਆਦਾ ਸੈਡ ਸੀ, ਮੇਰੇ ਬ੍ਰਦਰ ਨੇ, ਮੈਂ ਘਰ ਆਈ ਸੀਗੀ, ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਸੀ ਵੀ ਇੱਦਾਂ ਹੋ ਗਿਆ, ਪਰ ਮੈਨੂੰ ਇੱਥੇ ਸੁਣ ਨਹੀਂ ਸੀ ਹੋਇਆ, ਮੈਂ ਬੇਹੋਸ਼ ਹੋ ਗਈ ਸੀ ਜਾਣੀ ਇੱਦਾਂ ਹੀ। ਪੂਰਾ ਜਾਣੀ ਸਾਲ ਹੋਣ ਵਾਲਾ, ਕੋਈ ਦਿਨ ਐਸਾ ਨਹੀਂ ਵੀ ਜਿਹੜੇ ਦਿਨ ਵਧੀਆ ਫੂਡ ਖਾਧਾ ਹੋਵੇ, ਕੁਛ ਵੀ ਕੀਤਾ ਹੋਵੇ, ਸਾਰਾ ਦਿਨ ਉਹਨੂੰ ਸੁਣੀਦਾ, ਪਹਿਲਾਂ ਸੁਣੀਦਾ ਸੀ ਲਾਈਕ ਐਨਰਜੀ ਹੁੰਦੀ ਸੀ ਉਹਦੇ ਗਾਣਿਆਂ 'ਚ, ਪਰ ਹੁਣ ਬਹੁਤ ਸੈਡ ਆ ਨਾ, ਮੈਂ ਸੁਣ ਨਹੀਂ ਸਕਦੀ ਉਹਦੇ ਗਾਣੇ। ਸਪੈਸ਼ਲ ਆਏ ਹੋ ਤੁਸੀਂ? ਹਾਂਜੀ, ਸਪੈਸ਼ਲ। ਸਾਰਾ ਕੁਝ ਦੇਖਿਆ ਤਾਂ ਕਿੱਦਾਂ ਦਾ ਮਹਿਸੂਸ ਹੋ ਰਿਹਾ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਜੱਜ ਕੀਤਾ? ਬਹੁਤ ਜ਼ਿਆਦਾ ਬੈਡ ਆ ਪੰਜਾਬ ਦੇ ਹਾਲਾਤ, ਪਰ ਸਿੱਧੂ ਇੱਕ ਇਹੋ ਜਿਹਾ ਇਨਸਾਨ ਸੀ ਜਿਹੜਾ ਗੌਰਮੈਂਟ ਨੂੰ ਪੇ ਵੀ ਕਰਦਾ ਸੀ, ਸਭ ਕੁਛ ਕਰਦਾ ਸੀਗਾ, ਉਹਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਹੋ ਜਿਹਾ। ਮੈਂ ਨਹੀਂ, ਮੈਂ ਅੱਜ ਤੱਕ ਨਾ ਕੋਈ ਸਿੰਗਰ ਦੇਖਿਆ, ਨਾ ਹੋਣਾ ਅਤੇ ਨਾ ਹੀ ਹੋਊਗਾ ਅੱਜ ਦੁਨੀਆ ਦੇ ਵਿੱਚ, ਇੰਨਾ ਸੱਚ ਬੋਲਣ ਵਾਲਾ ਸੀ। ਸੱਚ ਬੋਲਣ ਵਾਲੇ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਸਾਡੇ ਵੀਰ ਦਾ ਵੀ ਇੱਕੋ, ਤੁਹਾਨੂੰ ਪਤਾ, ਇਕੱਲਾ ਸੀਗਾ ਹੈ ਨਾ, ਮਾਂ ਬਾਪ ਦਾ, ਉਹਨਾਂ ਦਾ ਕੋਈ ਸਹਾਰਾ ਨਹੀਂ, ਅਸੀਂ ਉਹਨਾਂ ਨਾਲ ਹਰ ਦਮ ਤੱਕ, ਮਰਦੇ ਦਮ ਤੱਕ ਰਹਾਂਗੇ, ਸਾਥ ਦੇਵਾਂਗੇ, ਪਹਿਲਾਂ ਵੀ ਦਿੰਦੇ ਸੀਗੇ, ਅੱਜ ਵੀ ਦਊਂਗੇ, ਬਸ ਇਹੀ ਕਹਿਣਾ ਚਾਹੁੰਦੀ। ਹਾਂਜੀ, ਇਹੀ ਦਿਖਾਉਣਾ ਚਾਹੁੰਦੀ ਬਸ ਗੌਰਮੈਂਟ ਨੂੰ ਵੀ ਕਿੱਦਾਂ ਕੋਈ, ਜੇ ਕੋਈ ਮਾਂ ਬਾਪ ਦਾ ਗਰੀਬ ਪੁੱਤ ਤਰੱਕੀ ਕਰਦਾ, ਕਿੱਦਾਂ ਤੁਸੀਂ ਉਹਨੂੰ ਵੀ ਤਰੱਕੀ ਨਹੀਂ ਕਰ ਸਕਦੇ, ਬਸ ਇਹੀ ਕਹਿਣਾ ਚਾਹੁੰਦੀ। ਪਰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਉਹਦੇ ਕਾਤਲਾਂ ਨੂੰ, ਅਸੀਂ ਦਵਾ ਕੇ ਰਹਾਂਗੇ ਮਰਦੇ ਦਮ ਤੱਕ, ਅਸੀਂ ਉਹਨਾਂ ਦੇ ਨਾਲ ਹੈਗੇ, ਜਿੰਨਾ ਚਿਰ ਸਜ਼ਾ ਨਹੀਂ ਮਿਲਦੀ ਅਸੀਂ ਚੈਨ ਨਾਲ ਨਹੀਂ ਬੈਠਣ ਵਾਲੇ ਹੈਗੇ।